ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰੇ ਚਰਨਜੀਤ ਸਿੰਘ ਚੱਡਾ ਨੂੰ ਚੀਫ ਖਾਲਸਾ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨਗੀ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਇਹ ਮੀਟਿੰਗ ਚੀਫ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਸਥਿਤ ਗੁਰਦੁਆਰੇ ਦੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ, ਜਿੱਥੇ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਜਿਵੇਂ ਹੀ ਇਹ ਮਤਾ ਪੇਸ਼ ਕੀਤਾ ਗਿਆ, ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੀਵਾਨ ਦੇ ਜਨਰਲ ਹਾਊਸ ਵੱਲੋਂ ਚਰਨਜੀਤ ਸਿੰਘ ਚੱਡਾ ਦੇ ਸਮੂਹ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਨੂੰ ਵਿਧਾਨਕ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੀ ਕਾਰਵਾਈ ਸੰਬੰਧੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤੀ ਜਾਵੇਗੀ। ਦੇਖੋ ਗੱਲ ਹੈ, ਰੌਲੇ ਰੱਪੇ ਵਾਲੀ ਗੋਦ ਗੱਲ ਨਹੀਂ ਆ। ਹਰ ਮੀਟਿੰਗਾਂ ਦੇ ਵਿੱਚ ਜਾਓ, ਘਰ 'ਚ ਬੈਠੇ ਹੋਈਏ, ਉੱਚਾ ਨੀਵਾਂ ਹਰ ਕੋਈ ਬੋਲ ਲੈਂਦਾ। ਦੇਖੋ ਗੱਲ ਕਹਿੰਦੇ ਰਹੇ ਪਏ, ਸਾਨੂੰ ਬੋਲਣ ਦਾ ਅਧਿਕਾਰ ਦਿਓ, ਅਸੀਂ ਬੋਲਣਾ ਚਾਹੁੰਦੇ ਹਾਂ। ਗੱਲ ਉਹਨਾਂ ਨੇ ਇੰਨੀ ਉਹ ਕੀਤੀ ਆ, ਬਾਕੀ ਨਰਾਦਰ ਵਾਲੀ ਕੋਈ ਗੱਲ ਨਹੀਂ ਆ। ਜੇ ਨਰਾਦਰ ਕੀਤੀ ਤਾਂ ਸਾਰਿਆਂ ਨੇ ਮਾਫ਼ੀ ਮੰਗੀ ਆ, ਨਰਾਦਰੀ ਵਾਲੀ ਗੱਲ ਕੋਈ ਨਹੀਂ ਕੀਤੀ। ਗੁਰੂ ਘਰ ਦੇ ਵਿੱਚ ਰੋਕੇ, ਸਾਨੂੰ ਉੱਚੀ ਆਵਾਜ਼ ਕਰਨਾ ਸਾਨੂੰ ਸ਼ੋਭਾ ਨਹੀਂ ਦਿੰਦਾ। ਬਸ ਮੇਰੀਆਂ ਵਾਰ ਵਾਰ ਬੇਨਤੀਆਂ ਵੀ ਕੀਤੀਆਂ, ਸਾਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ, ਔਰ ਸਾਰਿਆਂ ਨੇ ਇਸ ਨੂੰ ਮਹਿਸੂਸ ਕੀਤਾ। ਅਤੇ ਜੇ ਚਲੋ ਇੱਕ ਮੈਂਬਰਾਂ ਨੇ ਜੋ ਕੀਤੀਆਂ ਤਾਂ ਉਹਨਾਂ ਨੇ ਆਪਣੀਆਂ ਭੁੱਲਾਂ ਬਚਾਈਆਂ। ਗੁਰੂ ਬਖਸ਼ਣਹਾਰ ਹੈ ਅਤੇ ਸਾਨੂੰ ਕਿਸੇ ਨੂੰ ਵੀ ਹੱਕ ਨਹੀਂ ਆ। ਅਸੀਂ ਗੁਰੂ ਸਰਮਾਤਾ ਉਹਦੇ ਅਧੀਨ ਤੇ ਅਸੀਂ ਸੇਵਾਦਾਰ ਆ। ਗੱਲ ਹੈ ਖੁਰਾਣਾ ਜੀ, ਅਸੀਂ ਥੋੜ੍ਹੀ ਜਿਹੀ ਕਾਹਲੀ ਕਰ ਗਏ। ਅਗਰ ਹੁਣ ਦੀ ਥਾਂ ਤੇ ਪਹਿਲਾਂ ਬਾਕੀਆਂ ਨੂੰ ਵੀ ਸੁਣ ਲੈਂਦੇ ਤਾਂ ਮਾੜੀ ਗੱਲ ਕੋਈ ਨਹੀਂ ਸੀ। ਇਹ ਰੌਲਾ ਰੱਪਾ ਨਾ ਪੈਂਦਾ ਲੇਕਿਨ ਮੈਂ ਦੱਸਦਾ ਕਿ ਜਿਸ ਵੇਲੇ ਹਾਊਸ 'ਚ ਪ੍ਰਧਾਨ ਜੀ ਨੇ ਪਹਿਲਾਂ ਸਾਰਿਆਂ ਨਾਲ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਮੱਤ 'ਤੇ ਗੱਲ ਕਰਾਂਗੇ, ਫਿਰ ਆਪਣਾ ਕੋਈ ਵਿਚਾਰ ਰੱਖਣਾ, ਵਿਚਾਰ ਰੱਖਿਆ ਜਾਏਗਾ। ਅਜੀ ਮੈਂ ਮੱਤ ਨਹੀਂ ਲੈਂਦੀ, ਮੈਂ ਮੱਤ ਜਿਹੜੀ ਲੈ ਕੇ ਆਇਆ ਉਹ ਲੈ ਕੇ ਜੋ ਸਾਡਾ ਕੌਨਸਟੀਟਿਊਸ਼ਨ ਸੀ ਅਤੇ ਨਾ ਜਥੇਦਾਰ ਸਾਹਿਬ ਦਾ ਆਦੇਸ਼ ਵੀ ਲੈ ਕੇ ਉਹ ਮੱਤ ਪੇਸ਼ ਕੀਤੀ ਹੈ। ਮੱਤ ਸਰਬਸੰਮਤੀ ਨਾਲ ਸਾਰੀ ਪਾਸ ਹੋ ਗਈ। ਜਦੋਂ ਸਰਬਸੰਮਤੀ ਨਾਲ ਪਾਸ ਹੋ ਗਈ, ਉਸ ਤੋਂ ਬਾਅਦ ਫੁਟਕਲ ਦੇ ਵਿੱਚ 2 ਮਿੰਟ ਦਾ ਪਾਸ, 1.5 ਮਿੰਟ ਦਾ ਪਾਸ ਰਿਹਾ ਕਿ ਚਲੋ ਹੁਣ ਅਰਦਾਸ ਕੀਤੀ। ਫਿਰ ਹਾਊਸ ਵਿੱਚੋਂ ਉਹਨਾਂ ਨੇ ਆਨੰਦ ਸਾਹਿਬ ਪੜਿਆ, ਅਸੀਂ ਆਨੰਦ ਸਾਹਿਬ ਨਹੀਂ ਪੜਿਆ। ਬਿਲਕੁਲ ਅਸੀਂ ਆਨੰਦ ਸਾਹਿਬ, ਕਿਉਂਕਿ ਪ੍ਰਧਾਨ ਜੀ ਨੇ ਆਰਡਰ ਦਿੱਤਾ ਸੀ ਵੀ ਕੀ ਗੱਲ ਕਰਨਾ ਚਾਹੁੰਦੇ ਕਰ ਦੇਣਾ, ਅਤੇ ਉਹ ਜ਼ਰੂਰ ਸਾਡੇ ਕੋਲ ਇਕਤਾਈ ਹੋਈ ਆ। ਆਪਾਂ ਇਸ ਦੇ ਖਮਰ ਬਾਕੀ ਗੁਰੂ ਦੇ ਇਹਦੇ ਉੱਤੇ ਅਸੀਂ ਮਾਫ਼ੀ ਖਮਰ ਮੰਗ ਸਕਦੇ ਹਾਂ ਕਿ ਜਿਹੜੀ ਵਿੱਚ ਆਨੰਦ ਸਾਹਿਬ ਦਾ ਪਾਠ ਵਿੱਚ ਹੋ ਕੇ ਜਿਹੜੀ ਦੁਬਾਰਾ ਇਹ ਚੀਜ਼ ਹੋਈ ਆ, ਤਾਂ ਕਿ ਪਰਮਾਤਮਾ ਸਾਨੂੰ ਸਮਰਥ ਬਖਸ਼ੇ, ਅਗਲੀ ਵਾਰੀ ਇਹ ਭੁੱਲ ਸਾਡੇ ਕੋਲ ਨਾ ਹੋਵੇ। ਸਾਡੇ ਕੀ ਹੁੰਦੀ ਆ ਅੱਜ ਸਾਡੇ ਮਨ ਦੇ ਉੱਤੇ ਜਿਹੜੀ ਆ ਇਹ ਤੇ ਸ਼ੁਭ ਪਤਾ ਤੇ ਬੰਦਾ ਹੀ ਹੈ, ਜੋ ਵੀ ਜਿਸ ਤਰ੍ਹਾਂ ਵੀ ਆਪਣੀ ਸ਼ੁਭ ਪਤਾ ਪੜਾਇਆ ਬੜੀ ਮੰਗ ਆ ਰਹੀ ਹੈ ਇਨਕੁਆਇਰੀ ਕਰਾਈ ਜਾਏ ਉਹਦੀ। ਕਿਰਨਜੋਤ, ਹਾਂ ਬੇਬੀ ਕਿਰਨਜੋਤ ਨੇ ਜੋ ਕੁਝ ਕਿਹਾ ਉਹਦੀ ਇਨਕੁਆਇਰੀ ਕਰਾਈ ਜਾਏਗੀ, ਉਹਦੀ ਇਨਕੁਆਇਰੀ ਕਮੇਟੀ ਬਣੇਗੀ ਔਰ ਉਹਦੀ ਇਨਕੁਆਇਰੀ ਜ਼ਰੂਰ ਕਰਾਈ ਜਾਏਗੀ। ਚਰਨਜੀਤ ਸਿੰਘ ਚੱਡਾ ਦੀ ਮੁੱਢਲੀ ਮੈਂਬਰਸ਼ਿਪ ਨੂੰ ਬਰਖਾਸਤ ਕਰਨਾ, ਉਹ ਮੱਤ ਅਸੀਂ ਪਾਸ ਕਰ ਦਿੱਤੀ ਸਰਬਸੰਮਤੀ ਨਾਲ ਤੇ ਪ੍ਰਧਾਨਗੀ ਤੋਂ ਲਾਉਣਾ ਬਸ। ਹਾਂ ਹੋਏਗੀ, ਉਹਦੀ ਜਾਂਚ ਹੋਏਗੀ, ਹੋਏਗੀ। ਉਹਦੇ 3-4 ਮੈਂਬਰੀ ਐਗਜੈਕਟਿਵ ਦੇ ਵਿੱਚ ਰੱਖਾਂਗੇ ਮੀਟਿੰਗ, ਐਗਜੈਕਟਿਵ ਦੀ ਮੀਟਿੰਗ ਪਾਸ ਕਰ ਦੇਗੀ, ਜਿਹੜੇ 4 ਮੈਂਬਰਾਂ ਦੀ ਡਿਊਟੀ ਲਏਗੀ ਕਮੇਟੀ ਬਣਾ ਦੇਵਾਂਗੇ। ਕਮੇਟੀ ਉਸ ਚੀਜ਼ ਦੀ ਇਨਕੁਆਇਰੀ ਕਰਨ ਦੀ, ਹੋਰ ਕਾਹਦੀ ਉੱਥੇ ਕਮੇਟੀ ਬਣਾਉਣੀ ਹੈ ਨਾ, ਉਹ ਸਾਡੀ ਐਗਜੈਕਟਿਵ ਦੀ ਹੁਣ ਜਿਹੜੀ ਪਹਿਲੀ ਮੀਟਿੰਗ ਆਏਗੀ ਉਹਦੇ 'ਚ ਅਸੀਂ ਨਾਵਾਂ ਦੀ ਡਿਸਕਸ ਕਰਕੇ ਕਮੇਟੀ ਰਲ ਕੇ ਬਣਾਵਾਂਗੇ।